दर्शकों ब्रेक तो बाद भरपूर स्वागत है। सो व्यूअर्स एंड वाले सैक्शन में गलबात करन जा रहे हैं कि साढ़े एक सुहिरद व्यूअर वालों सुझा दिता गया है कि असी भारतीय हुकूमत ते भारत दे लोकां नूं ये श्योर करिए कि जे वह अमनमई ढंग नाल खालसां दी होंद नूं मन लैन तां खालसां अते भारत दे संबंध इवें ही होणगे जिवें कि भारत अते नेपाल दे हन। सो इस बारे गलबात करन जा रहे हैं और नाल ही रूह की खुराक गुरबाणी चारा इंसान तौर पर पाई जाएगी। सो असी चाहवांगे कि तुसीं इस तरह बने रहना, देखण सुनने लिखने तौर सब दा बहुत बहुत धन्यवाद। देखो सानू इस गल की खुशी है कि TV84 दे इस मीडियम राही असीं जिथे अपने वीरां भैणां तक पहुंच करदे हैं, कल्ले अपनी कौम दे ही नहीं वड्डी गिणती दे विच साडे पाकिस्तानी भैण भरा खास तौर ते दुनिया भर दे विच डायस्पोरा दी कम्युनिटी दे भी और विद इन पाकिस्तान भी जुड़दे ने, ਉੱਥੇ ਸਾਡੇ ਸੁਹਿਰਦ ਗੁਰਸਿੱਖ ਵੀਰ ਭੈਣਾਂ ਜਿਹੜੇ ਚੰਗੇ ਸੋਚਵਾਨ ਨੇ, ਪੰਥ ਨੂੰ ਪਿਆਰ ਕਰਦੇ ਨੇ ਔਰ ਉਹ ਹਮੇਸ਼ਾ ਉਹ ਵੀ ਇਸ ਨੁਕਤਾ ਨਿਗਾਹ ਤੋਂ ਦੇਖਦੇ ਨੇ ਕਿ ਭਾਈ ਕਿਵੇਂ ਖਾਲਿਸਤਾਨ ਬਣਨਾ ਸੰਭਵ ਹੋਏ, ਖਾਲਿਸਤਾਨ ਦਾ ਭਵਿੱਖ ਉੱਜਲ ਹੋਏ ਔਰ ਕਿਵੇਂ ਅਸੀਂ ਹੋਸਟੈਲਿਟੀਜ਼ ਦੇ ਬਾਵਜੂਦ ਜਿਹੜੀ ਇੰਡੀਅਨ ਸਟੇਟ ਨੇ ਬੇਸ਼ੱਕ ਸਿੱਖਾਂ ਦੇ ਖਿਲਾਫ ਟੋਟਲ ਵਾਰ ਵਿੱਢੀ ਹੋਈ ਹੈ ਔਰ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਉਹ ਕਰ ਰਹੇ ਨੇ, ਫਿਰ ਵੀ ਅਸੀਂ ਉਹਨਾਂ ਨੂੰ ਯਕੀਨ ਦਹਾਨੀ ਕਰਵਾਈਏ ਕਿ ਭਾਈ ਖਾਲਿਸਤਾਨ ਦਾ ਬਣਨਾ ਤੁਹਾਡੇ ਹਿੱਤ ਦੇ ਵਿੱਚ ਵੀ ਹੋਏਗਾ, ਤੁਸੀਂ ਜੇ ਆਰਾਮ ਦੇ ਨਾਲ ਸ਼ਾਂਤਮਈ ਅਮਨਮਈ ਤਰੀਕੇ ਦੇ ਨਾਲ ਥਰੂ ਨੈਗੋਸ਼ੀਏਸ਼ਨ ਸਾਨੂੰ ਖਾਲਿਸਤਾਨ ਜਿਹੜਾ ਹੈ ਸਾਡਾ ਬਣਦਾ ਹੱਕ ਦੇ ਦਿੰਦੇ ਹੋ ਅਤੇ ਅਸੀਂ ਤੁਹਾਡੇ ਨਾਲ ਦੋਸਤਾਨਾ ਸੰਬੰਧ ਚਾਹਵਾਂਗੇ। ਹਾਲਾਂ ਪਾਕਿਸਤਾਨ ਦੇ ਹਵਾਲੇ ਨਾਲ ਤਾਂ ਮੇਰਾ ਹਮੇਸ਼ਾ ਹੀ ਇਹ ਹੁੰਦਾ ਕਿ ਜਿਹੜਾ ਕਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦਾ ਡਰੀਮ ਸੀ ਜਦੋਂ 1947 ਦੇ ਵਿੱਚ ਭਾਰਤ ਪਾਕਿਸਤਾਨ ਦੋ ਮੁਲਕ ਬਣੇ ਕਿ ਉਹਨਾਂ ਦੇ ਰਿਸ਼ਤੇ ਇਵੇਂ ਹੀ ਹੋਣ ਜਿਵੇਂ ਅਮਰੀਕਾ ਔਰ ਕੈਨੇਡਾ ਦੇ ਨੇ, ਜਦੋਂ ਸ਼ਾਇਦ ਉਹਨਾਂ ਨੇ ਕਿਹਾ ਹੋਏਗਾ ਉਦੋਂ ਉਹਨਾਂ ਨੂੰ ਵੀ ਅੰਦਾਜ਼ਾ ਨਹੀਂ ਹੋਏਗਾ ਕਿ ਇਹ ਜਿਹੜੀ ਪਾਰਟੀਸ਼ਨ ਹੈ ਇੰਨੀ ਬਲੱਡੀ ਹੋਏਗੀ, 1 ਮਿਲੀਅਨ ਤੋਂ ਜ਼ਿਆਦਾ ਲਾਸ਼ਾਂ ਉੱਠਣਗੀਆਂ ਔਰ 10 ਮਿਲੀਅਨ ਤੋਂ ਜ਼ਿਆਦਾ ਲੋਕ ਬੇਘਰ ਹੋਣਗੇ ਔਰ ਮੁੜ ਕੇ ਉਹ ਜਿਹੜੀਆਂ ਬੋਨ ਆਫ ਕੰਟੈਂਸ਼ਨ ਉਹ ਕਸ਼ਮੀਰ ਹੈ ਜਾਂ ਪਾਣੀਆਂ ਦਾ ਰੌਲ ਹੈ ਜਾਂ ਦੂਜਾ ਉਹਦੇ 'ਚ 3-4 ਜੰਗਾਂ ਵੀ ਹੋਣਗੀਆਂ ਔਰ ਇੱਕ ਦੂਸਰੇ ਲਈ ਇਸ ਕਦਰ ਨਫ਼ਰਤ ਹੋਏਗੀ ਕਿ ਇੱਕ ਜਿਹੜਾ ਉਹ ਆਇਰਨ ਕਰਟਨ ਵਾਂਗ ਖੜ੍ਹਾ ਕਰ ਦਿੱਤਾ ਜਾਏਗਾ ਜਿਹੜਾ ਅੱਜ ਵੱਡਾ ਇੱਕ ਬਣ ਗਿਆ ਕਿ ਜੀ ਉਹ ਅਟਾਰੀ ਬਾਰਡਰ 'ਤੇ ਦੇਖਣ ਜਾਂਦੇ ਨੇ, ਬੂਟ ਨਾਲ ਬੂਟ ਮਾਰ ਰਹੇ ਨੇ, ਡਰਾਮਾ ਦੁਨੀਆ ਭਰ ਦਾ। ਲੇਕਿਨ ਅਸੀਂ ਉਦੋਂ ਵੀ ਜਦੋਂ ਅਸੀਂ ਆਪਣੇ ਪਾਕਿਸਤਾਨ ਪ੍ਰਤੀ ਖਿਆਲ ਰੱਖਦੇ ਹਾਂ ਤਾਂ ਮੇਰਾ ਹਮੇਸ਼ਾ ਇਹ ਹੁੰਦਾ ਕਿ ਬਾਰਡਰ ਇਰਰੈਲੀਵੈਂਟ ਹੋਣ, ਬਾਰਡਰ ਐਗਜ਼ਿਸਟ ਕਰਨ, ਦੋਵੇਂ ਸੈਪਰੇਟ ਸੋਵਰਨ ਮੁਲਕ ਨੇ, ਸਾਡਾ ਖੁੱਲ੍ਹਾ ਵਪਾਰ ਹੋਏ ਅਮਰੀਕਾ ਕੈਨੇਡਾ ਵਾਂਗ, ਜਿਵੇਂ ਕੈਨੇਡਾ ਅਮਰੀਕਾ ਤੁਸੀਂ ਸਰੀ ਜਾਂਦੇ ਹੋ, ਟੋਰਾਂਟੋ ਗਾਰਡਨ ਬਣਿਆ ਹੋਇਆ ਹੈ, ਆਪਸ 'ਚ ਆ ਕੇ ਬੈਠਦੇ ਨੇ, ਗੱਲਬਾਤ ਕਰਦੇ ਨੇ ਦੋਵਿਆਂ ਪਾਸਿਆਂ ਦੇ। ਅੱਜ ਸਾਡੇ ਵੀਰ ਸਰ ਅਰਵਿੰਦਰ ਸਿੰਘ ਜਿਹੜੇ ਸ਼ਿਕਾਗੋ ਨਿਵਾਸੀ ਨੇ, ਉਹਨਾਂ ਦਾ ਮੈਸੇਜ ਸੀ ਕੰਟਰੋਲ ਰੂਮ 'ਚ ਔਰ ਮੈਂ ਉਹਨਾਂ ਨੂੰ ਕਾਲ ਕੀਤਾ ਅਤੇ ਉਹਨਾਂ ਨੇ ਮੈਨੂੰ ਬਹੁਤ ਚੰਗਾ ਲੱਗਾ ਉਹਨਾਂ ਨਾਲ ਕਰਕੇ ਸੂਝਵਾਨ ਔਰ ਉਹਨਾਂ ਨੇ ਹੋਰ ਵੀ ਆਪਣੇ ਸੁਝਾਅ ਦਿੱਤੇ ਨੇ, ਪਰ ਇੱਕ ਗੱਲ ਜਿਹੜੀ ਉਹਨਾਂ ਨੇ ਕਹੀ ਔਰ ਮੈਨੂੰ ਇਹ ਲੱਗਾ ਵੀ ਇਹ ਇਮੀਡੀਏਟਲੀ ਉਹਨਾਂ ਨੂੰ ਅੱਜ ਦੇ ਅਸੀਂ ਪ੍ਰੋਗਰਾਮ 'ਚ ਹੀ ਡਿਸਕਸ ਕਰ ਸਕਦੇ ਹਾਂ। ਉਹਨਾਂ ਨੇ ਕਿਹਾ ਕਿ ਜੀ ਭਾਰਤ ਨੂੰ ਔਰ ਈਵਨ ਮੈਜੋਰਟੀ ਜਿਹੜੇ ਬਹੁ ਗਿਣਤੀ ਸਾਡੇ ਹਿੰਦੂ ਭੈਣ ਭਰਾ ਨੇ ਉਹਨਾਂ ਨੂੰ ਇਹ ਮੈਸੇਜ ਆਉਣਾ ਚਾਹੀਦਾ ਹੈ ਕਿ ਭਾਈ ਉਹ ਖਾਲਿਸਤਾਨ ਦੀ ਹੋਂਦ ਨੂੰ ਮੰਨ ਲੈਣ ਪੀਸਫੁੱਲ ਤਰੀਕੇ ਦੇ ਨਾਲ ਔਰ ਸਾਡੇ ਸੰਬੰਧ ਇਵੇਂ ਹੀ ਹੋਣਗੇ ਭਾਰਤ ਦੇ ਨਾਲ, ਉਹ ਵਪਾਰਕ ਹੋਣ ਅਦਰਵਾਈਜ਼ ਹੋਏ, ਜਿਵੇਂ ਭਾਰਤ ਔਰ ਨੇਪਾਲ ਦੇ ਨੇ ਕਿ ਵੀ ਜੇ ਦੋਵੇਂ ਨੇਪਾਲ ਵੀ ਹਿੰਦੂ ਮੁਲਕ ਹੈ। ਰਾਦਰ ਜਦੋਂ ਤੁਸੀਂ ਦੁਨੀਆਂ 'ਚ ਇਹ ਦੇਖੋਗੇ ਕਿ ਦੁਨੀਆਂ ਦਾ ਐਸਾ ਕਿਹੜਾ ਮੁਲਕ ਹੈ ਜਿਹਦੇ 'ਚ ਸਭ ਤੋਂ ਜ਼ਿਆਦਾ ਹਿੰਦੂ ਨੇ, ਤਾਂ ਉਹ ਨੇਪਾਲ ਹੈ। ਨੇਪਾਲ 'ਚ ਆਲਮੋਸਟ 82% ਦੇ ਕਰੀਬ ਹਿੰਦੂ ਨੇ, ਜਦੋਂ ਕਿ ਇੰਡੀਆ ਦੇ ਵਿੱਚ 79.something% ਹਿੰਦੂ ਨੇ। ਔਰ ਉਹਨਾਂ ਦਾ ਇਹ ਕਹਿਣਾ ਸੀ ਕਿ ਵੀ ਇਹ ਹੋਏ ਵੀ ਜਿਵੇਂ ਤੁਹਾਡੇ ਨੇਪਾਲ ਨਾਲ ਇੰਡੀਆ ਔਰ ਨੇਪਾਲ ਦੇ ਰਿਲੇਸ਼ਨਸ ਨੇ, ਇਵੇਂ ਹੀ ਇੰਡੀਆ ਔਰ ਖਾਲਿਸਤਾਨ ਦੇ ਵੀ ਰਿਲੇਸ਼ਨਸ ਹੋਣਗੇ। ਮੈਂ ਕਿਹਾ ਜੀ ਬਹੁਤ ਚੰਗੀ ਗੱਲ ਹੈ ਔਰ ਇਹ ਗੱਲ ਇਹ ਨਹੀਂ ਹੈ ਕਿ ਵੀ ਇਹ ਸਾਨੂੰ ਅਹਿਸਾਸ ਨਹੀਂ ਹੈ ਵੀ ਅਸੀਂ ਕੋਈ ਹਰ ਗੱਲ 'ਚ ਅਸੀਂ ਲੜਨਾ ਹੀ ਚਾਹੁੰਦੇ ਹਾਂ ਜਾਂ ਵੈਰ ਹੀ ਕਮਾਉਣਾ ਚਾਹੁੰਦੇ ਹਾਂ। ਈਵਨ ਜਿਹੜੀ ਖਾਲਿਸਤਾਨ ਦੀ ਡੈਕਲਾਰੇਸ਼ਨ ਹੈ 29 ਅਪ੍ਰੈਲ 1986 ਦੀ, ਉਸ ਦੇ ਵਿੱਚ ਓਰੀਜਨਲ ਡਰਾਫਟ ਉਹਦਾ ਪੰਜਾਬੀ 'ਚ ਹੈ, ਵੈਸੇ ਉਹਦੀ ਅੰਗਰੇਜ਼ੀ ਵੀ ਟ੍ਰਾਂਸਲੇਟ ਹੋਈ, ਲਫਜ਼ ਨੇ ਐਗਜੈਕਟਲੀ ਕਿ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ
ਤੇ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ। ਇਹ ਉਸਦਾ ਬਜ਼ ਵਰਡ ਹੈ ਕਿ ਭਾਈ ਅਸੀਂ ਨਹੀਂ ਚਾਹੁੰਦੇ ਟਕਰਾਅ ਦਾ, ਔਰ ਦੂਜਾ ਇਹ ਵੱਖਰੀ ਗੱਲ ਹੈ ਕਿ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਉਹ ਜੇ ਉਹਨਾਂ ਨੇ ਮਿੱਥਿਆ ਹੋਇਆ ਕਿ ਭਾਈ ਉਹਨਾਂ ਨੇ ਤਾਂ ਸਾਨੂੰ ਲੋਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ, ਤੇ ਫਿਰ ਤਾਂ ਇਹ ਨਹੀਂ ਹੋ ਸਕਦਾ ਕਿ ਭਾਈ ਇੱਕ ਕਹਿ ਨੱਥ ਕਢਾਉਣ ਨੂੰ, ਇੱਕ ਫਿਰ ਇਹ ਨੱਕ ਵਢਾਉਣ ਨੂੰ। ਸੋ ਲੇਕਿਨ ਮੈਨੂੰ ਇਹ ਲੱਗਦਾ ਕਿ ਭਾਈ ਅਸੀਂ ਇਹ ਗੱਲ ਇਹਨਾਂ ਨੂੰ ਮੈਸੇਜ ਦੇ ਤੌਰ 'ਤੇ ਵੀ ਦੇਣਾ ਚਾਹੁੰਦੇ ਹਾਂ ਆਪਣੇ ਬਹੁ ਗਿਣਤੀ ਔਰ ਉਸ ਇੰਡੀਅਨ ਸਟੇਟ ਨੂੰ ਕਿ ਭਾਈ ਤੁਹਾਡੇ ਕੋਲ ਬਹੁਤ ਵੱਡਾ ਮੁਲਕ ਬਚਦਾ ਹੈ, ਫਿਰ ਵੀ ਸਾਡਾ 50,300 ਸਕੁਅਰ ਕਿਲੋਮੀਟਰ ਦਾ ਪੰਜਾਬ ਤੁਹਾਡੇ ਕਬਜ਼ੇ 'ਚ ਸਿੱਧਾ ਹੈ। ਨਾਲ ਲੱਗਦਾ ਜਿਹੜੇ ਜਿਹੜੇ ਵੀ ਸਾਡੇ ਗੰਗਾਨਗਰ, ਹਨੂੰਮਾਨਗੜ੍ਹ, ਇੱਧਰ ਹਰਿਆਣਾ, ਅੰਬਾਲਾ ਔਰ ਕਰਨਾਲ ਤੱਕ, ਔਰ ਇੱਧਰ ਕਾਂਗੜਾ ਹਿਲਸ ਜਿਹੜੀਆਂ ਸਾਡਾ ਨੈਚੁਰਲ ਬਾਰਡਰ ਹੈ, ਤੁਸੀਂ ਆਰਾਮ ਨਾਲ ਬਹਿ ਕੇ ਨਕਸ਼ੇ ਦੇ ਉੱਤੇ ਲਾਈਨ ਖਿੱਚ ਕੇ ਸਾਨੂੰ ਸਾਡੇ ਹੱਕ ਦੇ ਦਿਓ ਔਰ ਆਪਣਾ ਤੁਸੀਂ ਚੰਗੇ ਗੁਆਂਢੀਆਂ ਵਾਂਗ ਸਾਡੇ ਇਵੇਂ ਹੀ ਰਿਲੇਸ਼ਨ ਹੋਣ, ਜਿਵੇਂ ਤੁਸੀਂ ਤੁਹਾਡੇ ਨਾਲ ਇਵੇਂ ਹੀ ਲੱਗੇ ਕਿ। ਔਰ ਉਹਨਾਂ ਨੇ ਠੀਕ ਕਿਹਾ ਰਵਿੰਦਰ ਸਿੰਘ ਹੋਣਾ ਨੇ ਕਿ ਭਾਈ ਇੱਕੋ ਪਰਿਵਾਰ 'ਚ ਜਿਹੜੇ ਭਰਾ ਹੀ ਜੰਮੇ ਹੁੰਦੇ ਨੇ ਇੱਕੋ ਮਾਂ ਦੀ ਕੁੱਖ ਤੋਂ, ਇੱਕ ਪੀਰੀਅਡ ਆਉਂਦਾ ਹੈ ਉਹਨਾਂ ਦਾ ਨਹੀਂ ਹੁੰਦਾ, ਉਹ ਭਰਾ ਤਾਂ ਰਹਿੰਦੇ ਨੇ, ਉਹ ਵੰਡ ਲੈਂਦੇ ਨੇ ਆਪਣੀ ਥਾਂ, ਕਿ ਭਾਈ ਤੁਸੀਂ ਜਿਹੜਾ ਭਰਾਵਾਂ ਵਾਂਗ ਡੀਲ ਕਰੋ। ਪਰ ਇਹ ਹੋਪ ਅਸੀਂ ਕਰਦੇ ਹਾਂ ਵੀ ਇਵੇਂ ਹੋਏ, ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਵਿਚਾਰਾਂ ਦੀ ਲੜਾਈ ਹੁੰਦੀ ਹੈ ਔਰ ਉਹਨਾਂ ਦੀ ਨੀਅਤ ਪਹਿਲੇ ਦਿਨ ਤੋਂ ਹੀ, ਜੇ 15 ਅਗਸਤ 1947 ਤੋਂ ਬਾਅਦ ਜਦੋਂ 40% ਕੌਮ ਅਜੇ ਪਨਾਹਗੀਰ ਬਣ ਕੇ ਬੈਠੀ ਹੈ, ਲੱਖਾਂ ਮਰਵਾ ਕੇ ਆਏ ਔਰ ਲੱਖਾਂ ਜਿਹੜੇ ਨੇ ਬੇਘਰ ਨੇ, ਔਰ ਉਹਦੇ 'ਚ ਉਹ ਆਰਡੀਨੈਂਸ ਕੱਢਦੇ ਨੇ ਕਿ ਸਿੱਖ ਸਾਰੇ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨਸ ਟੂ ਦਾ ਲਾ ਅਬਾਈਡਿੰਗ ਹਿੰਦੂਜ਼, ਤਾਂ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹਨਾਂ ਦੀ ਜਿਹੜੀ ਜ਼ਹਿਨੀਅਤ ਸੀ ਕਿਵੇਂ ਜਿਹੜੀ ਹੈ ਉਹ ਨਫ਼ਰਤ ਨਾਲ ਭਰੀ ਹੋਈ ਸੀ। ਔਰ ਜੋ ਕੁਛ ਫਿਰ ਜੂਨ 84 'ਚ ਕੀਤਾ, ਜਿਹਨੂੰ ਅਫਸਲ ਅਹਿਸਨ ਰੰਧਾਵਾ ਨੇ ਕਿਹਾ ਕਿ ਵੈਰੀਆਂ ਕੱਢ ਵਿਖਾਲਿਆ 5 ਸਦੀਆਂ ਦਾ ਵੈਰ, ਇਹਦੇ ਬਾਵਜੂਦ ਮੇਰਾ ਔਰ ਹਮੇਸ਼ਾ ਮੈਂ ਇਸ ਨੁਕਤੇ 'ਤੇ ਵੀ ਇਹੀ ਐਮਫੇਸਾਈਜ਼ ਕਰਨਾ ਚਾਹੁੰਦਾ ਕਿ ਸਾਡੀ ਲੜਾਈ ਕੋਈ ਹਿੰਦੂ ਧਰਮ ਨਾਲ ਨਹੀਂ ਹੈ, ਕੋਈ ਹਿੰਦੂਆਂ ਨਾਲ ਨਹੀਂ ਹੈ, ਕਈ ਵਾਰੀ ਜਨਰਲ ਟਰਮ 'ਚ ਹੁੰਦਾ, ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ, ਜਿਹੜੀ ਸਟੇਟ ਕਦੇ ਬ੍ਰਾਹਮਣਵਾਦ ਦਾ ਜਿਹੜਾ ਝੰਡਾ ਬਰਦਾਰ ਸੀ ਸੈਕੂਲਰਿਜ਼ਮ ਦੇ ਲਵਾਦੇ 'ਚ, ਅੱਜ ਨੰਗੇ ਚਿੱਟੇ ਹੋ ਕੇ ਹਿੰਦੂਤਵਾ ਦਾ ਝੰਡਾ ਚੁੱਕਿਆ ਹੋਇਆ। ਤਾਂ ਸਾਡਾ ਇਹ ਕਹਿਣਾ ਜੀ ਤੁਸੀਂ ਜਮਨਾ ਪਾਰ ਜਾ ਕੇ ਹਿੰਦੂਤਵਾ ਕਰੋ, ਗਣੇਸ਼ ਜੀ ਨੂੰ ਮਨਾਓ, ਉਹਨਾਂ ਨੂੰ ਦੁੱਧ ਪਿਆਓ, ਗਾਂ ਨੂੰ ਪੂਜੋ, ਕੋਈ ਵੀ ਤੁਹਾਡਾ ਫੇਥ ਬਿਲੀਫ ਹੈ, ਸਾਨੂੰ ਉਸ ਦੇ ਨਾਲ ਕੋਈ ਨਹੀਂ, ਸਾਨੂੰ ਜਿਹੜਾ ਸਾਡਾ ਹੱਕ ਦਿਓ। ਔਰ ਇਹਦੇ ਨਾਲ ਹੀ ਐਂਡ ਕਰੀਏ ਫਿਰ, ਸਾਡੇ ਹੱਕ ਇੱਥੇ ਰੱਖ, ਇੱਥੇ ਰੱਖ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਇਜਾਜ਼ਤ, ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ, ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਪਹਿਲਾਂ ਸਾਡੇ ਇਸ ਪਤੇ 'ਤੇ SOS@TV84.TV 'ਤੇ, ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।